ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਅੱਜ ਦਾ ਆਪਣਾ ਟੌਪਿਕ ਹੈ ਆਇਲਸ ਸਪੀਕਿੰਗ। ਸਾਡੇ ਇਹਦੇ 'ਚ ਬੈਂਡਸ ਘੱਟ ਜਾਂਦੇ ਨੇ, ਉਹਦੇ ਪਿੱਛੇ ਕੀ ਕਾਰਨ ਆ? ਆਪਾਂ ਤੁਹਾਡੇ ਵੱਲੋਂ ਹੀ ਪੁੱਛੇ ਹੋਏ ਪ੍ਰਸ਼ਨਾਂ ਦਾ ਉੱਤਰ ਦੇਵਾਂਗੇ ਅਤੇ ਫਿਰ ਡੂੰਘਾਈ 'ਚ ਜਾ ਕੇ ਉਹਨਾਂ 'ਤੇ ਚਰਚਾ ਕਰਾਂਗੇ। ਵੀਡੀਓ ਨੂੰ ਅਖੀਰ ਤੱਕ ਦੇਖਿਓ ਅਤੇ ਚੰਗੀ ਤਰ੍ਹਾਂ ਸਮਝ ਲਿਓ, ਸਮਝ ਕੇ ਫਿਰ ਲਾਗੂ ਵੀ ਕਰ ਲਿਓ ਤਾਂ ਬੈਂਡਸ ਜ਼ਰੂਰ ਵੱਧ ਜਾਣਗੇ। ਲਓ ਜੀ, ਸਭ ਤੋਂ ਪਹਿਲਾਂ ਇੱਕ ਪ੍ਰਸ਼ਨ ਹੈ। ਇੱਕ ਵੀਰ ਨੇ ਫੋਨ ਲਾਇਆ, ਉਹਦੀ ਸਪੀਕਿੰਗ ਹੋ ਗਈ ਸੀ। ਸਪੀਕਿੰਗ ਹੋਣ ਤੋਂ ਬਾਅਦ ਉਹਦਾ ਫੋਨ ਆਇਆ, ਉਹਨੇ ਪਹਿਲੀ ਗੱਲ ਹੀ ਇਹ ਆਖੀ ਕਿ ਮੈਨੂੰ ਮੇਰਾ ਕਿਊ ਕਾਰਡ ਆਊਟ ਆਫ ਸਿਲੇਬਸ ਆ ਗਿਆ। ਅਤੇ ਇਹ ਸੁਣ ਕੇ ਬੜੀ ਹੈਰਾਨੀ ਹੋਈ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਵੀ ਜਿਹੜੇ ਕਿਊ ਕਾਰਡਸ ਨੇ ਉਹਨਾਂ ਦਾ ਕੋਈ ਸਿਲੇਬਸ ਨਹੀਂ, ਉਹ ਓਪਨ ਨੇ। ਤੁਹਾਨੂੰ ਕਿਤੋਂ ਵੀ ਕਿਹੋ ਜਿਹਾ ਮਰਜ਼ੀ ਕਿਊ ਕਾਰਡ ਆ ਸਕਦਾ, ਇਹ ਕਿਤੇ ਵੀ ਲਿਖਿਆ ਨਹੀਂ ਹੋਇਆ ਵੀ ਆਇਲਸ 'ਚ ਜਿਹੜਾ ਕਿਊ ਕਾਰਡ ਸਪੀਕਿੰਗ 'ਚ ਸਾਨੂੰ ਪੁੱਛਣਾ ਉਹ ਇਹਨਾਂ ਇਹਨਾਂ 'ਚੋਂ ਪੁੱਛਣਾ। ਅਸੀਂ ਹੁਣ ਬੜੀਆਂ ਹੈ ਨਾ PDFs ਦੇਖ ਲੈਂਦੇ ਹਾਂ, ਸਾਡੇ ਕੋਲ ਸੈਂਪਲ ਹੁੰਦੇ ਆ, ਆਪਾਂ PDF ਦੇਖਦੇ ਹਾਂ, ਉਹਦੇ 'ਚ 70 ਤੋਂ 75 ਕਿਊ ਕਾਰਡਸ ਹੁੰਦੇ ਨੇ, ਬੜੀਆਂ ਅੱਡ ਅੱਡ ਹੁੰਦੀਆਂ ਨੇ ਬਣਾਈਆਂ ਹੋਈਆਂ। ਆਪਾਂ ਨੂੰ ਲੱਗਦਾ ਵੀ ਜਿਹੜੇ 70-75 ਕਿਊ ਕਾਰਡਸ ਲਿਖੇ ਨੇ ਇਹੀ ਇਹਨਾਂ ਦਾ ਸਿਲੇਬਸ ਆ, ਇਹਨਾਂ ਦੇ ਵਿੱਚੋਂ ਹੀ ਸਾਨੂੰ ਆਉਣਗੇ, ਅਸੀਂ ਉਹਨਾਂ ਨੂੰ ਯਾਦ ਕਰਦੇ ਰਹਿਣੇ ਆ। ਬੜੇ ਜਾਣੇ ਤਾਂ ਰੱਟੇ ਵੀ ਲਾ ਲੈਂਦੇ ਨੇ ਅਤੇ ਸਾਡੇ ਮਨ 'ਚ ਵਹਿਮ ਪੈ ਜਾਂਦਾ ਵੀ ਇਹਨਾਂ 'ਚੋਂ ਹੀ ਸਾਨੂੰ ਇੱਕ ਕਿਊ ਕਾਰਡ ਆਊਗਾ, ਅਤੇ ਉੱਥੇ ਜਾ ਕੇ ਜਦੋਂ ਸਾਨੂੰ ਕਿਊ ਕਾਰਡ ਇਹਨਾਂ 'ਚੋਂ ਨਹੀਂ ਆਉਂਦਾ, ਸਾਡੇ ਗੇਅਰ ਜੇ ਅੜ ਜਾਂਦੇ ਆ, ਧੂੰਆਂ ਜਿਹਾ ਅਸੀਂ ਮਾਰ ਜਾਂਦੇ ਹਾਂ ਪਹਿਲਾਂ ਵੀ ਆਹ ਕੀ ਹੋ ਗਿਆ, ਮੈਨੂੰ ਪੇਪਰ ਸਿਲੇਬਸ ਤੋਂ ਬਾਹਰ ਹੀ ਆ ਗਿਆ, ਮੈਨੂੰ ਤਾਂ ਉਹ ਕਿਊ ਕਾਰਡ ਆਇਆ ਹੀ ਨਹੀਂ। ਪਹਿਲੀ ਗੱਲ ਤਾਂ ਆਪਾਂ ਇਹ ਵਹਿਮ ਦਿਮਾਗ 'ਚੋਂ ਕੱਢ ਦੇਣਾ। ਜਿਹੜੇ ਇਹ 70-75 ਹੁੰਦੇ ਨੇ ਨਾ, ਇਹਨਾਂ ਦੇ ਸ਼ੁਰੂ 'ਤੇ ਪੜ੍ਹਿਓ ਲਿਖਿਆ ਹੁੰਦਾ ਵੀ ਇਹ ਗੈਸ ਵਰਕ ਆ, ਵੀ ਅਸੀਂ ਇਹਦੀ ਕੋਈ ਗਰੰਟੀ ਨਹੀਂ ਲੈਂਦੇ ਵੀ ਤੁਹਾਨੂੰ ਇਹਨਾਂ 'ਚੋਂ ਆਊਗਾ। ਉਹ ਸਿਰਫ ਸਾਡੇ ਵਾਸਤੇ ਆਈਡੀਆਜ਼ ਲਈ ਹੁੰਦੇ ਨੇ ਵੀ ਉਹਨਾਂ ਨੂੰ ਪੜ੍ਹੋ, ਉਹਨਾਂ 'ਚੋਂ ਆਈਡੀਆਜ਼ ਲੈ ਲਓ ਵੀ ਸੋਚੋ ਵੀ ਯਾਰ ਹਾਂ, ਜੇ ਮੈਨੂੰ ਵੀ ਇਹੋ ਜਿਹਾ ਕਿਊ ਕਾਰਡ ਆ ਗਿਆ ਮੈਂ ਐਂ ਬੋਲੂੰਗਾ, ਜੇ ਮੈਨੂੰ ਇਹੋ ਜਿਹਾ ਆ ਗਿਆ ਤਾਂ ਮੈਂ ਐਂ ਬੋਲੂੰਗਾ। ਉਹਨੂੰ ਸਮਾਰ ਕੇ ਸਮਝ ਲਓ, ਆਪਦੇ ਕਿਊ ਕਾਰਡ ਨਾਲ ਲਿੰਕ ਕਰੋ, ਆਪਦੀ ਨਿੱਜੀ ਲਾਈਫ ਨਾਲ ਲਿੰਕ ਕਰੋ ਅਤੇ ਆਈਡੀਆਜ਼ ਲੈ ਲਓ ਉੱਥੋਂ, ਉਹਨਾਂ ਦਾ ਮੇਨ ਕੰਮ ਇਹ ਹੁੰਦਾ। ਇਸ ਕਰਕੇ ਇਹ ਦਿਮਾਗ 'ਚੋਂ ਆਪਾਂ ਕੱਢ ਦਈਏ ਵੀ ਕਿਊ ਕਾਰਡਸ ਦਾ ਕੋਈ ਸਿਲੇਬਸ ਹੁੰਦਾ, ਆਪਾਂ ਇਹਨਾਂ ਨੂੰ ਰੱਟੇ ਲਾਉਣੇ ਬੰਦ ਕਰ ਦਈਏ। ਹੁਣ ਆ ਗਈ ਦੂਜੀ ਬੜੀ ਵਧੀਆ ਗੱਲ, ਉਹਦਾ ਸੰਬੰਧ ਵੀ ਕਿਊ ਕਾਰਡਸ ਨਾਲ ਹੀ ਹੈ। ਦੇਖੋ ਆਪਾਂ ਇੱਕ ਨਿੱਕੀ ਜਿਹੀ ਗੱਲ ਕਰਦੇ ਹਾਂ, ਆਪਾਂ ਐਂ ਕਰਦੇ ਹਾਂ, ਆਪਾਂ ਸਾਰੇ ਜਾਣੇ ਨਾ ਸਪੀਕਿੰਗ ਵਾਲੇ ਐਗਜ਼ਾਮੀਨਰ ਬਣ ਜਾਂਦੇ ਹਾਂ। ਆਪਾਂ ਮੰਨ ਲੈਂਦੇ ਹਾਂ ਵੀ ਅਸੀਂ ਟੈਸਟ ਲੈਣ ਵਾਲੇ ਹਾਂ, ਅਸੀਂ ਕਿਸੇ ਬੰਦੇ ਦਾ ਟੈਸਟ ਲੈਣਾ, ਅਤੇ ਆਪਾਂ ਟੈਸਟ ਪਤਾ ਕਾਹਦਾ ਲੈਣਾ, ਆਪਾਂ ਟੈਸਟ ਲੈਣਾ ਗਾ ਪੇਂਟਿੰਗ ਦਾ, ਜਾਂ ਕਹਿ ਲਓ ਡਰਾਇੰਗ ਦਾ, ਆਪਾਂ ਡਰਾਇੰਗ ਦਾ ਟੈਸਟ ਲੈਣਾ। ਅਤੇ ਉਹ ਡਰਾਇੰਗ ਦੇ ਟੈਸਟ ਨੂੰ ਆਪਾਂ 3 ਹਿੱਸਿਆਂ 'ਚ ਵੰਡਿਆ ਹੋਇਆ, ਇਹ ਗੱਲ ਨੂੰ ਸਮਾਰ ਕੇ ਸਮਝ ਲਓ। ਹੁਣ ਇੱਕ ਆ ਸਾਡੇ ਕੋਲ ਪਹਿਲਾ ਹਿੱਸਾ, ਇੱਕ ਆ ਦੂਜਾ ਹਿੱਸਾ ਅਤੇ ਇੱਕ ਆ ਤੀਜਾ ਹਿੱਸਾ। ਆਪਾਂ ਕੀ ਕਰਿਆ, ਉਹ ਜਿਹੜੇ ਬੰਦੇ ਨੇ ਟੈਸਟ ਦੇਣ ਆਉਣਾ ਉਹਨੂੰ ਆਪਾਂ ਕਹਿਤਾ ਵੀ ਦੂਜੇ ਹਿੱਸੇ ਦੇ ਵਿੱਚੋਂ ਤੇਰੇ ਤੋਂ ਕਿਸੇ ਫਰੂਟ ਦੀ ਡਰਾਇੰਗ ਕਰਵਾਉਣੀ ਆ, ਉਹਨੂੰ ਆਪਾਂ ਦੱਸਤਾ ਵੀ ਇੱਕ ਫਰੂਟ ਦੀ ਡਰਾਇੰਗ ਕਰਵਾਵਾਂਗੇ ਤੇਰੇ ਤੋਂ ਦੂਜੇ ਹਿੱਸੇ 'ਚ। ਹੁਣ ਕੀ ਹੋਊਗਾ, ਜਿਹੜਾ ਉਹ ਬੰਦਾ ਟੈਸਟ ਦੇਣ ਆ ਰਿਹਾ ਉਹਨੇ ਕੀ ਕੀਤਾ, ਉਹਨੇ ਦੇਖਿਆ ਵੀ 3 ਹਿੱਸੇ ਨੇ, ਤਿੰਨਾਂ ਦੇ ਵਿੱਚੋਂ ਫਰੂਟ ਵਾਲਾ ਮੈਨੂੰ ਪਤਾ ਲੱਗ ਗਿਆ ਵੀ ਇੱਕ ਤਾਂ ਮੈਨੂੰ ਫਰੂਟ ਦੀ ਡਰਾਇੰਗ ਆਉਣੀ ਹੀ ਆਉਣੀ ਆ, ਬਾਕੀ ਦੋਨੇ ਛੱਡੋ ਵੀ ਫਰੂਟ ਵਾਲਾ ਕੰਮ ਪੱਕਾ, ਮੈਂ ਸਾਰੇ ਫਰੂਟਸ ਨੂੰ ਰੱਟਾ ਲਾ ਲੈਣਾ, ਸਾਰੇ ਫਰੂਟਸ ਦੀ ਡਰਾਇੰਗ ਪੇਂਟਿੰਗ। ਉਹਨੇ ਸੇਬ ਕੇਲੇ ਬਣਾ ਬਣਾ ਕੇ ਧੁੱਕੀ ਕੱਢਤੀ, ਹੈ ਨਾ, ਅੰਬ ਅੰਬ ਜੇ ਵਾਧੂ ਬਣਾ ਲਏ, ਉਹਨੇ ਪੂਰੀ ਡਰਾਇੰਗ ਕਰੀ ਗਿਆ, ਰੋਜ਼ ਸੇਬ ਕੇਲੇ ਬਣਾਇਆ ਕਰੇ, ਉਹਨੇ ਪੂਰੇ ਰੱਟੇ ਲਾ ਲਏ ਉਹਨਾਂ ਦੀ ਡਰਾਇੰਗ ਨੂੰ, ਪੂਰਾ ਹੱਥ ਟਕਾ ਲਿਆ, ਪੂਰਾ ਪਰਫੈਕਟ ਹੋ ਗਿਆ, ਪਹਿਲਾ ਅਤੇ ਤੀਜਾ ਪਾਰਟ ਅਈਂ ਛੱਡ ਲਿਆ। ਹੁਣ ਉਹ ਗਿਆ, ਉਹ ਸਾਡੇ ਕੋਲ ਆ ਗਿਆ, ਅਸੀਂ ਆਖਿਆ ਹਾਂ ਭਾਈ ਆ ਜਾ, ਆਪਾਂ ਉਹਨੂੰ ਪਹਿਲਾਂ ਇੱਥੇ ਕੋਈ ਦੇਤੀ ਡਰਾਇੰਗ ਵੀ ਤੂੰ ਐਂ ਕਰ, ਇੱਕ ਕੋਈ ਜੀਪ ਬਣਾ, ਇੱਕ ਜੀਪ ਦੀ ਡਰਾਇੰਗ ਬਣਾ। ਉਹ ਕੀ ਬਣਾਊਗਾ ਫਿਰ, ਲਓ ਜੀ, ਉਹ ਕਹਿੰਦਾ ਜੀਪ ਆਪਾਂ ਬਣਾ ਤੀ। ਹੁਣ ਉਦੋਂ ਬਾਅਦ ਆ ਗਿਆ ਦੂਜਾ ਹਿੱਸਾ, ਆਪਾਂ ਉਹਨੂੰ ਆਖਿਆ ਵੀ ਦੂਜੇ ਹਿੱਸੇ 'ਚ ਤਾਂ ਚੱਲ ਫਰੂਟ ਬਣਾਉਣਾ, ਤੂੰ ਐਂ ਕਰ ਸੇਬ ਬਣਾ। ਉਹ ਕੀ ਕਰੂਗਾ, ਐਂ ਐਂ ਪੂਰਾ ਚਿਣ ਕੇ ਨਾ ਸੇਬ 'ਤੇ ਤਾਂ ਉਹ ਪੱਤੇ ਵੀ ਲਾ ਦੂਗਾ, ਐਂ ਵੀ ਆਹ ਪਏ ਆ ਪੱਤੇ ਲਾਏ, ਚੱਕ ਸੇਬ, ਐਂ ਨਹੀਂ ਪਤਾ ਰੰਗ ਵੀ ਭਰਦੇ ਇਹਦੇ 'ਚ, ਆਹ ਚੱਕ ਸੇਬ ਬਣਿਆ। ਤੀਜੇ 'ਚ ਆਪਾਂ ਉਹਨੂੰ ਕਹਿਤਾ ਵੀ ਤੂੰ ਐਂ ਕਰ, ਇੱਕ ਬੰਦੇ ਦੀ ਡਰਾਇੰਗ ਬਣਾ, ਕੋਈ ਇਨਸਾਨ ਕਹਿਤਾ, ਕੋਈ ਫੋਟੋ ਦੇਤੀ ਵੀ ਇਹਦੀ ਡਰਾਇੰਗ ਕਰ। ਫਿਰ ਉਹ ਬਣਾਊਗਾ, ਲਓ ਜੀ ਬੰਦਾ ਬਣਾਤਾ। ਹੁਣ ਆਪਾਂ ਸਾਰੇ ਜਣੇ ਬਣੇ ਹੋਏ ਹਾਂ ਟੈਸਟ ਲੈਣ ਵਾਲੇ,
हुण सारे जाने आप दसो पूरी इमानदारी नाल भी इहनूं आपां किन्ने नंबर दे दांगे, इहनूं इह जिहड़ा ड्राइंग दा टैसट लिया ते पेंटिंग दा टैसट लिया इहदे चों किन्ना स्कोर देवांगे। आपां देखांगे भी यार तूं बड़ा सियाणा बणदा गा, हैं तू फ्रूट्स जे तैनूं पता हैगा भी तैनूं फ्रूट आउणा ही आउणा, तू फ्रूट्स दे रट्टे ला के आ गया, सेब केले सिखिया आ, तां तैनूं की लगदा सानूं तेरी ड्राइंग पता नहीं लगनी? तू इन्ना चलाक बनता भी तू सानू उल्लू बनाउण नूं फिरदा, आ कार देख ला किहो जी बनाई आ, है बिंगे जे टायर ला के तां तो छत जी टेढ़ी जांदी आ, आ बंदा देख ला टिंगल जिहा बनाता, है ना मूँह ना सिर इहदा, कोई बंदा बनाया इह, तैनूं असीं किवें दे दईए 6 बैंड, आ चक 5 बैंड ते तुर जा। असीं की हुंदा, असीं टैस्ट तो बाहर आए होंने, सेब बनाया हुंदा घेंट, बाहर आ गया मैं तां फट्टे चकते क्यू कार्ड दे कीड़े कढ़ते मेरा स्कोर देखी आउंदा, वो जदों स्कोर आउंदा फिर ढिले जे हो जाने भी यार मेरा पता नहीं कित्थों कट्टिया गया, फिर आपां कहिंदे आ उह तां मेरी स्पीकिंग लाइन तां काला आ गया सी, मेरी स्पीकिंग लाइन गोरा आ गया सी, मेरी स्पीकिंग लाइन तां इंडियन आ गया सी तां पंगा पै गया मैनूं, फिर साडे कोल पता ही नहीं किन्नियां क गल्लां ने, है ना आपां रिलेट करदे रहिणे जिन्नियां मर्जी रिलेट कर लो पर पंगा जिहड़ा पिया पिया उह आपां समझदे नहीं। हुण आपां इह कहानी समझदे आ वी पहला पार्ट तां हैगा इंट्रो, लो जी इह साडे कोल इंट्रो पार्ट आ, सानूं सारिआं नूं पता इह साडे कोल क्यू कार्ड आ, इह साडे कोल फॉलोअप वाला, है ना फॉलोअप्स। हुण की हुंदा सानूं पता वी इक क्यू कार्ड सानूं आउणा ही आउणा, वो सानू साडे कोल टॉपिक्स हुंदे आ सी उहनां दे पूरे रट्टे चढ़ा लैंदे आ, साडे कोल पीडीएफ्स ने आपां इह च जिहड़े कंपलैक्स कंपाउंड वाक बनाए हुंदे ने पूरी ताकड़ ताकड़, है ना सेंटेंस लिख के वधिया घेंट घेंट पूरे आपां उह सारे याद कर लैंदे रट्टे चढ़ा लैंदे आ दिमाग च, रोज़ 5-5 बोलदे आ सारे साडे दिमाग च सेव हो जांदे आ, ते की हुंदा फिर इत्थे जाके पूरा घेंट सेव बना के आउणे आपां फट्टे चक दिंदे आ पूरा जचाए आउणे आ। पर इत्थे हुण देखो प्रैक्टिस असीं एक चीज़ दी तां पूरी कर ली, पूरा वधिया बना लिया, है ना आ देखो साडे वास्ते अजनबी ने पहला आ गया उहने पता नहीं किहड़ा टॉपिक छेड़ लेना, इत्थे साडे गेयर जड़ी गए, तीजा आ गया तीजे च साडे होर गेयर जड़ी गए, बड़े वारी साडे मन च इही सवाल आउंदा वी उहने मैथों फॉलोअप्स बड़े ज़्यादा पुछे, उहने मैथों औखे पुछे, उहने मैथों बार बार क्रॉस क्वेश्चनिंग कीती, उह करूगा ही क्योंकि उन्हें सेव देख लिया भी यार बड़ा ही वधिया सेव बनाया होया। हुण इत्थे चैक करा मैं भी की जिहड़े इहने सेंटेंस स्ट्रक्चर इत्थे वरते ने इहनूं सच्ची मिच्ची आउंदे ने जां मैमोराइज्ड ने, उन्हें पूरे ध्यान नाल चैक करना, वह भी हंडे हुए बंदे हुंदे ने, कोई वह ऊँ मूँह चक के उठ के साडा टैसट नहीं लैण आ जांदे, उन्होंने ये चीज़ा हंडाइया हुंदियां ने, असीं सोचदे आं भी उन्हां नूं उल्लू बना देंगे जाके भी क्यू कार्ड च फट्टे चक देने आ तां साडा स्कोर आ जाणा। इस करके आपां की करना ये रट्टे वाला काम कर देना बंद, जे असी क्यू कार्ड्स नूं रट्टे लाउणे आ तां साडा स्कोर बिल्कुल भी नहीं आउणा क्योंकि वेरीएशन आ जाणी आ, देखो किन्नी ज़्यादा वेरीएशन आ गई, इह साडा घेंट पिया पूरा वधिया पिया सी, इह च पॉज भी नहीं लिया, है ना पूरा वधिया बोलता ना, इह च साडी कोई रेपीटेशन होई, साडी फ्लुएंसी वधिया, सारा कुछ वधिया इहदे च साडा, पर इहनां च उह है ही नहीं वधिया, इन्ना च है ना पंगे पए पए ने, इन्ना च असी नेड़े तेड़े जे भी नहीं लगे, असी जस्टिफाई नहीं किया, असी साफ ही पता लवाता भी इहदे असी रट्टे ला के आए सी, सानू पता सी असी बार बार क्यू कार्ड पढ़े सी उही साडे दिमाग च ने असी उही चेपते। ते हुण आपां इस गल ते गौर करनी आ भी इह पीडीएफ्स चों आपां आइडियाज़ लैने हुंदे ने उहनां नूं आप दे हिसाब नाल बोलना, फिर जदों साडी स्पीकिंग इक सार रहूगी ਤਾਂ ਸਾਡਾ ਸਕੋਰ ਜ਼ਰੂਰ ਵਧੀਆ ਆਊਗਾ। ਸਾਨੂੰ ਸਾਰੇ ਖੇਤਰਾਂ 'ਤੇ ਪੂਰੀ ਅੰਗਰੇਜ਼ੀ 'ਤੇ ਕੰਮ ਕਰਨ ਦੀ ਲੋੜ ਆ, ਇਹ ਨਾ ਹੋਵੇ ਵੀ ਇਕੱਲੇ ਕਿਊ ਕਾਰਡ ਫੜ ਕੇ ਬਹਿ ਜਾਈਏ, ਇਹ ਵੀ ਇੰਪੋਰਟੈਂਟ ਆ, ਇਹ ਵੀ ਇੰਪੋਰਟੈਂਟ ਆ ਅਤੇ ਇਹ ਵੀ ਇੰਪੋਰਟੈਂਟ ਆ, ਤਿੰਨੇ ਚੀਜ਼ਾਂ ਇੱਕ ਸਾਰ ਹੋਣੀਆਂ ਚਾਹੀਦੀਆਂ, ਇਹਨਾਂ 'ਚੋਂ ਇੱਕੋ ਜਿਹੀ ਹੀ ਝਲਕ ਆਉਣੀ ਚਾਹੀਦੀ ਆ ਵੀ ਹਾਂ ਵਾਕਈ ਇਹ ਬੰਦੇ ਦਾ ਸਟੈਂਡਰਡ ਇੰਨਾ ਹੈਗਾ, ਇਹ ਬੰਦੇ ਦਾ ਲੈਵਲ 6 ਬੈਂਡਸ ਵਾਲਾ। ਇਹ ਨਾ ਹੋਵੇ ਵੀ ਇੱਥੇ ਤਾਂ ਸਾਡੀ ਗੱਡੀ ਚੜ੍ਹੀ ਜਾਂਦੀ ਆ 7.5-8 ਬੈਂਡਸ 'ਤੇ, ਹੈ ਨਾ ਪੂਰੇ ਫੱਟੇ ਚੱਕ 'ਤੇ, ਇੱਥੇ ਅਸੀਂ 3-3 ਬੈਂਡਸ ਦੀ ਤੁਰੇ ਫਿਰਦੇ ਹਾਂ, ਫਿਰ ਗੱਲ ਥੋੜ੍ਹੀ ਬਣੂਗੀ। ਆਪਾਂ ਇਹ ਗਲਤੀ ਕਰ ਲੈਂਦੇ ਹਾਂ, ਇਹ ਮਾਰ ਜੀ ਖਾ ਲੈਂਦੇ ਹਾਂ, ਕਿਊ ਕਾਰਡਸ ਆਪਦੇ ਆਪਾਂ ਆਪ ਬਣਾਇਆ ਕਰੀਏ, ਆਈਡੀਆਜ਼ ਲਿਆ ਕਰੀਏ ਵੀ ਹਾਂ ਮੇਰੀ ਜ਼ਿੰਦਗੀ ਨਾਲ ਵੀ ਇਹ ਆਈਡੀਆ ਐਂ ਜੇ ਰਿਲੇਟ ਹੁੰਦਾ, ਮੈਨੂੰ ਇਹ ਆਉਂਦਾ, ਮੈਂ ਵੀ ਐਂ ਬੋਲੂੰਗਾ। ਆਪਣੀ ਗ੍ਰੈਮਰ ਸਟਰੋਂਗ ਕਰੀਏ, ਬਾਰ ਬਾਰ ਪ੍ਰੈਕਟਿਸ ਕਰੀਏ, ਦੱਬ ਕੇ ਮਿਹਨਤ ਕਰੀਏ, ਅਤੇ ਜਦੋਂ ਅਸੀਂ ਰੈਗੂਲਰ ਮਿਹਨਤ ਕਰਾਂਗੇ, ਦੱਬ ਕੇ ਮਿਹਨਤ ਕਰਾਂਗੇ, ਸਾਡੀ ਸਪੀਕਿੰਗ ਜ਼ਰੂਰ ਇੰਪਰੂਵ ਹੋਣੀ ਆ। ਇਹ ਰੱਟੇ ਵਾਲੇ ਕੰਮ ਤੋਂ ਆਪਾਂ ਦੂਰ ਰਹਿਣਾ, ਇਹਦੇ 'ਚ ਨਹੀਂ ਫਸਣਾ, ਨਹੀਂ ਤਾਂ ਫਿਰ ਇਹੀ ਹੋਣੀ ਆ ਵੀ ਇਕੱਲਾ ਉੱਥੇ ਸੇਵ ਹੀ ਬਣੂਗਾ, ਆ ਬੰਦੇ ਬਿੰਗੇ ਟੇਢੇ ਹੀ ਬਣਨਗੇ। ਉਮੀਦ ਕਰਦੇ ਹਾਂ ਵੀ ਅੱਜ ਵਾਲੀ ਕਹਾਣੀ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ।
कोई थोड़े मन च डाउट कन्फ्यूजन सवाल नहीं रहना ते तुसी पूरी दब के इस तरह तैयारी करोगे ते बहुत बढ़िया बैंड्स स्कोर करोगे। अगली वीडियो लेके जल्दी फिर हाजिर होवांगे, उदों तक लई सत श्री अकाल।